जेवीएस देख रहे तमाम दर्शकों का मैं जगवीर आजाद स्वागत करता। सब तो पहला सारयां नूं नवे साल की आमद ते बहुत बहुत मुबारक। उम्मीद करते हैं कि सारे ठीक ठाक होवोगे और ये साल तुहाडे लई खुशियां भरिया होवे। सो मैं इस वक्त विकराज पैलस के विच मौजूद हाँ। इस पैलस की खासियत मैं दस देवां कि हमेशा ही जिहड़े उत्थे मैनेजर ने जां चंद सिंह धालीवाल जी ओनर ने उन्हां दे ते उह हमेशा ही दूसरिआं दी मदद लई हमेशा तैयार रहिंदे ने। सो इस बार तुसीं देखिआ होणा कि पिछले हफ्ते तो वख-वख तरहां दे जिहड़े लंगर लगाए जा रहे आ पर इत्थे कुछ वख्खरा ही नज़ारा देखण नूं मिल रिहा। चाह दे नाल गर्म चाह दे नाल गर्म कंबलां दा ही प्रबंध कीता जा रिहा। सो विकराज पैलस दे मैनेजर साडे नाल मौजूद ने, गल्लबात करदे आ। हाँ जी विकराज जी, पैलस दे मैनेजर साहब, किस तरह मन दे विच अक्सर ही देखदे आ कूड़ियां छोले काफी सारियां चीजां दे लंगर लगाए जांदे ने, तुहाडे मन दे विच किदां है? सति श्री अकाल भाई जी सारिआं नूं। पहलां तां ਇਹ ਤੁਹਾਨੂੰ ਆਪ ਨੂੰ ਪਤਾ ਵੀ ਇੱਕ ਤਾਂ ਅਸੀਂ ਦਿਹਾੜੇ ਲੰਘ ਕੇ ਗਏ ਆ, ਉਹ ਚੀਜ਼ ਨੂੰ ਮੁਕਰਾ ਦੇ ਹੋਏ ਅਸੀਂ ਥੋੜ੍ਹਾ ਜਿਹਾ ਲੇਟ ਆ। ਚਲੋ ਨਵੇਂ ਸਾਲ ਦੀ ਅਹਿਮੀਅਤ ਨੂੰ ਮੁਕਰਾ ਦੇ ਹੋਏ ਆ ਅਸੀਂ ਅੱਜ ਚਾਹ ਦੇ ਲੰਗਰ ਹਰ ਸਾਲ ਹੀ ਇਹ ਚੀਜ਼ ਕੋਸ਼ਿਸ਼ ਕਰਦੇ ਹਾਂ ਜਿੰਨਾ ਵੀ ਹੋ ਸਕੇ ਤਣੋ ਮਨੋ ਧਣੋ ਵੀ ਅਸੀਂ ਸੰਗਤ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਹਾਂ। ਐਤਕੀ ਅਸੀਂ ਸੋਚਿਆ ਵੀ ਚਾਹ ਦੇ ਨਾਲ ਕੋਈ ਬਾਹਲੀ ਵੱਡੀ ਅਹਿਮੀਅਤ ਲਾ ਲਓ ਜਾਂ ਕਿਵੇਂ ਲਾ ਲਓ ਛੋਟੀ ਲਾ ਲਓ, ਲੰਗਰਾਂ ਦੇ ਨਾਲ ਨਾਲ ਅਸੀਂ ਗਰਮ ਕੰਬਲਾਂ ਦਾ ਪ੍ਰਬੰਧ ਕੀਤਾ ਸੀ ਵੀ ਗਰਮ ਲੋੜਵੰਦਾਂ ਨੂੰ ਗਰਮ ਕੰਬਲ ਦਿੱਤੇ ਜਾਣ, ਲੋੜਵੰਦਾਂ ਨੂੰ ਜਿਵੇਂ ਬੂਟ ਪਵਾ ਦੇਣੇ ਕੋਈ ਹੋਰ ਤਰ੍ਹਾਂ ਦੇ ਜਿਹੋ ਜਿਹੀ ਅਗਲੇ ਨੂੰ ਲੋੜ ਹੈ ਉਹ ਜਿਹੀਆਂ ਲੋੜਾਂ ਪੂਰੀਆਂ ਪਰਮਾਤਮਾ ਕਰਵਾਈ ਜਾਂਦਾ ਅਸੀਂ ਕਰੀ ਜਾਂਦੇ ਹਾਂ। ਇਹ ਸੇਵਾ ਦੀ ਗੱਲ ਕਰੀਏ ਤਾਂ ਕਿੰਨੇ ਸਮੇਂ ਤੋਂ ਜਗਜੀਤ ਜੀ ਕਰ ਰਹੇ ਹੋ? ਇਹ ਜੀ ਲਗਭਗ ਸੇਵਾ ਤਾਂ ਬਹੁਤ ਟਾਈਮ ਤੋਂ ਪਹਿਲਾਂ ਹੀ ਸਟਾਰਟ ਆ ਪਰ ਜਿਹੜਾ ਅਸੀਂ ਲਗਾਤਾਰ ਕਰ ਰਹੇ ਹਾਂ 2009 ਤੋਂ ਕਰ ਰਹੇ ਹਾਂ ਜੀ। ਸੋ ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਸਾਡੇ ਅਜਮੇਰ ਸਿੰਘ ਜੀ ਧਾਲੀਵਾਲ 2009 ਦੇ ਵਿੱਚ ਸਾਨੂੰ ਵਿਛੋੜਾ ਦੇ ਗਏ ਸਨ, ਉਦੋਂ ਬਾਅਦ 'ਚ ਹੀ ਇਹ ਕੰਟੀਨਿਊ ਕਰਤਾ ਲਗਾਤਾਰ ਕਰਤਾ। ਪਰਮਾਤਮਾ ਜਿੰਨਾ ਕਰਾਉਂਦਾ ਵੱਧ ਤੋਂ ਵੱਧ ਇਹ ਕਰ ਰਹੇ ਹਾਂ। ਬਾਕੀ ਤੁਹਾਡੇ ਮਾਧਿਅਮ ਰਾਹੀਂ ਅਸੀਂ ਇੱਕ ਹੋਰ ਬੇਨਤੀ ਕਰਦੇ ਹਾਂ ਵੀ ਜਿਹੜਾ ਵੀ ਤੁਹਾਨੂੰ ਏਰੀਏ ਦੇ ਵਿੱਚ ਕੋਈ ਲੋੜਵੰਦ ਲੱਗਦਾ, ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ, ਕੋਈ ਦਵਾਈ ਦੀ, ਕੋਈ ਕੱਪੜੇ ਦੀ, ਕੋਈ ਜਾਂ ਕਿਸੇ ਚੀਜ਼ ਦੀ ਬੂਟ ਦੀ, ਤੁਹਾਨੂੰ ਲੱਗਦਾ ਤੁਹਾਡੇ ਏਰੀਏ ਦੇ ਵਿੱਚ ਕੋਈ ਲੋੜਵੰਦ ਰਹਿ ਰਿਹਾ ਤਾਂ ਪਲੀਜ਼ ਅਸੀਂ ਇਸ ਵੀਡੀਓ ਰਾਹੀਂ ਨੰਬਰ ਵੀ ਮੈਂਸ਼ਨ ਕਰਾਂਗੇ, ਉਹ ਸਾਡੇ ਨਾਲ ਕੰਟੈਕਟ ਕਰਿਓ। ਪਰਮਾਤਮਾ ਕਿਰਪਾ ਕਰੇ ਵੀ ਅਸੀਂ ਕਿਸੇ ਲੋੜਵੰਦ ਦੇ ਕੰਮ ਆ ਸਕੀਏ ਤੇ ਲੋੜਵੰਦ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰ ਸਕੀਏ ਜੀ। ਕਿੰਨੇ ਕੁ ਕੰਬਲਾਂ ਦੀ ਗਿਣਤੀ ਦੀ ਗੱਲ ਕਰੀਏ, ਕਿੰਨੇ ਕੰਬਲ ਵੰਡਣ ਜਾ ਰਹੇ? ਕੰਬਲ ਤਾਂ ਜੀ ਵੱਧ ਤੋਂ ਵੱਧ ਸਾਡੇ ਕੋਲੇ ਜਿਹੜੀ ਕੰਪੈਸਟੀ ਹੁੰਦੀ ਵੀ ਹਜ਼ਾਰਾਂ ਦੇ ਵਿੱਚ ਹੀ ਹੋ ਜਾਂਦੀ ਹੈ ਜੀ, ਕਿਉਂਕਿ ਕੇਰਾ ਸ਼ੁਰੂਆਤ ਹੋਈ ਜਾਂਦੀ ਹੈ ਨਾਲ ਦੀ ਨਾਲ ਆਈ ਜਾਂਦੇ ਆ ਤੇ ਕੇਰਾ 5 ਤੋਂ 7 ਹਜ਼ਾਰ ਕੰਬਲ ਤਾਂ ਅਸੀਂ ਕੇਰਾ ਹੁਣ ਕਲੀਅਰ ਕਰਾਂਗੇ, ਉਦੋਂ ਬਾਅਦ ਜੇ ਲੋੜ ਪਈ ਤਾਂ ਹੋਰ ਵੀ ਸਾਡਾ ਪ੍ਰਬੰਧ ਕੀਤਾ ਬਾਈ ਜੀ। ਸੋ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਕੰਬਲਾਂ ਦੀ ਸੇਵਾ ਜਿਹੜੀ ਆ ਉਹਨਾਂ ਨੇ ਸ਼ੁਰੂਆਤ ਕੀਤੀ ਆ ਪਹਿਲੇ 2009 ਦੀ ਗੱਲ ਕਰੀਏ ਤਾਂ ਸ਼ੁਰੂਆਤ ਉਹਨਾਂ ਨੇ ਉਦੋਂ ਕੀਤੀ ਸੀ ਵਿਕਰਾਜ ਪਹਿਲ ਦੇ ਮੈਨੇਜਰ ਨੂੰ ਲਗਭਗ ਸਾਰੇ ਨਿਹਾਲ ਸਿੰਘ ਵਾਲੇ ਔਰ ਮੋਗਾ ਜ਼ਿਲ੍ਹੇ ਦੇ ਤਮਾਮ ਲੋਕ ਜਾਣਦੇ ਨੇ, ਸਮਾਜ ਸੇਵੀ ਨੇ, ਉੱਗੇ ਸਮਾਜ ਸੇਵੀ, ਤੋ ਹਰ ਵਕਤ ਇਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਕਿਸੇ ਜ਼ਰੂਰਤਮੰਦ ਦੇ ਲਈ ਕੁਛ ਵੱਖਰਾ ਕੀਤਾ ਜਾਵੇ। ਸੋ ਕੜਾਕੇ ਦੀ ਠੰਡ ਆ ਤੁਸੀਂ ਦੇਖ ਸਕਦੇ ਹੋ। ਜੇ ਸ਼ਹੀਦੀ ਦਿਹਾੜੇ ਦੀ ਗੱਲ ਕਰੀਏ ਤਾਂ ਅਕਸਰ ਤੁਸੀਂ ਦੇਖੇ ਹੋਣਗੇ ਵੱਖ ਵੱਖ ਥਾਵਾਂ ਦੇ ਉੱਪਰ ਲੰਗਰ ਲਗਾਏ ਗਏ ਸੀ ਪਰ ਇਸ ਵਕਤ ਇੱਥੇ ਜਿਹੜਾ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ, ਗਰਮ ਚਾਹ ਦੇ ਨਾਲ ਗਰਮ ਕੰਬਲਾਂ ਦਾ ਵੀ ਜਿਹੜਾ ਪ੍ਰਬੰਧ ਕੀਤਾ ਜਾ ਰਿਹਾ ਔਰ ਜ਼ਰੂਰਤਮੰਦਾਂ ਦੇ ਲਈ ਇਹ ਕੀਤਾ ਜਾ ਰਿਹਾ। ਤਾਂ ਦੇਖ ਸਕਦੇ ਹੋ ਕਿ ਵਿਕਰਾਜ ਪੈਦਲ ਚਾਹ ਦਾ ਪ੍ਰਬੰਧ ਕੀਤਾ ਜਾ ਰਿਹਾ ਔਰ ਡੀਜੇ ਦਾ ਵੀ ਪੂਰਾ ਪ੍ਰਬੰਧ ਆ ਤਾਂ ਕਿ ਇੱਥੇ ਰੌਣਕ ਬਣੀ ਰਹੇ। ਸੋ ਠੰਡ ਲੱਗਦੀ ਆ ਉਹਨਾਂ ਨੂੰ ਤਾਂ ਉਹਨਾਂ ਦੇ ਲਈ ਜਿਹੜਾ ਕੰਬਲਾਂ ਦਾ ਪ੍ਰਬੰਧ ਕੀਤਾ ਜਾ ਰਿਹਾ। ਸੋ ਵਿਕਰਾਜ ਜਗਵੀਰ ਜੀ ਇਹਦੇ ਚ ਆ ਵੀ ਅਸੀਂ ਪਹਿਲੇ ਦਿਨ ਵੀ ਇਹ ਚੀਜ਼ ਨੂੰ ਤੁਸੀਂ ਵੇਖਿਆ ਕੋਵਿਡ ਦੇ ਵਿੱਚ ਵੀ ਜੀ ਕੋਰੋਨਾ ਕਾਲ ਦੇ ਵਿੱਚ ਲੋਕਾਂ ਦਾ ਕਿੰਨਾ ਕੰਮ ਡਾਉਣ ਰਿਹਾ ਹਨਾ, ਤੇ ਲੋਕ ਪ੍ਰਮਾਤਮਾ ਦੇ ਹੱਥ ਆ ਉਹ ਚੀਜ਼ਾਂ ਜੀ, ਪਰ ਅਸੀਂ ਇਹ ਕਿ ਫਿਰ ਆਪਣੇ ਆਪ ਨੂੰ ਇਹ ਕਿਹਾ ਵੀ ਪ੍ਰਮਾਤਮਾ ਤੰਦਰੁਸਤੀ ਬਖਸ਼ੇ, ਇਸ ਭਿਆਨਕ ਬਿਮਾਰੀ ਤੋਂ ਬਚਾ ਕੇ ਰੱਖੇ, ਕਿਉਂਕਿ ਆਪਾਂ ਦੇਖਦੇ ਹਾਂ ਆਊਟ ਆਫ ਕੰਟਰੀ ਬਾਹਰ ਖਬਰਾਂ ਦੇਖਦੇ ਹਾਂ, ਆਪਣੇ ਤਾਂ ਵਾਹਿਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਕਈ ਵੱਲੋਂ ਬੈਠਾ ਵੀ ਮਤਲਬ ਮੈਡੀਸਨ ਵੱਲੋਂ ਜਿਹੜੇ ਇਲਾਜ ਵੱਲੋਂ ਲੋਕ ਅਧੂਰੇ ਬੈਠੇ, ਅਸੀਂ ਇਹ ਕਹਿੰਦੇ ਵੀ ਸਾਡੇ ਤੱਕ ਜ਼ਰੂਰ ਪਿਆ ਪਿਆਰ ਆ, ਸਫਾਕ ਆ, ਹਰੇਕ ਪੱਖੋਂ ਆਪਾਂ ਤਣੋ ਮਨੋ ਧਣੋ ਤਿਆਰ ਆ, ਜਿਹੋ ਜਿਹੀ ਵੀ ਮਤਲਬ ਸੇਵਾ ਬਣਦੀ ਆ ਹਰੇਕ ਸੇਵਾ ਕਰਨ ਨੂੰ ਆਪਾਂ ਤਿਆਰ ਆ। ਦਰਸ਼ਕੋ ਬਹੁਤ ਵੱਡੀ ਗੱਲ ਕਹੀ ਇਹਨਾਂ ਨੇ, ਜੇ ਮੈਂ ਇਹਨਾਂ ਬਾਰੇ ਗੱਲ ਕਰਾਂ ਤਾਂ
कोरोना टाइम तो लैके बहुत सारे जरूरतमंदा ने घर तक राशन पहुंचाया, गड्डी भी तुसी कदे भी रोक के चेक कर सकते हो, कुछ ना कुछ जरूर होंगे। सो बहुत घट लोग होंगे ने इस तरह के जो समाज के लिए अपने आप को समर्पित करते हैं। सो उन्हां दा कहना कि जेकर कोई जरूरतमंद किसी भी तरह की हेल्प लैनी चाहता तो असी नंबर भी जरूर देवांगे इसके वीडियो के संपर्क करके किसी जरूरतमंद का सहारा बन सकते हो। तो तुम देख सकते हो कि तिरंगे झंडे के नाल जिहड़ा आउंदे जांदे राहियां नूं रोकण की कोशिश की जा रही है ता कि जिहड़े जरूरतमंद ने उन्हां नूं कंबल वंडे जा सकन। सो विकराज अपना जगजीत जी एक बार नंबर प्लीज अपना बोल के दस दो ताकि संपर्क कर सके। नंबर आपां मेंशन भी करांगे पर नंबर दोबारा बोल दें जी 98880 80 915 जी, दोबारा फिर मेंशन करांगे 98880 80 915 जी। एक गल होर रह गई सी जीवीएस जी, जिवें आपां कहिंदे वी स्कूलां दे विच सरकारी स्कूलां च आम तौर ते चीजां देखण नूं मिलदियां, किसे कोले वर्दी नहीं, किताबां नहीं, जां कोई फीस भर नहीं सकदा, जिन्हां दे सिर ते सहारा नहीं। मैं देखिया वी कई वारी मां प्यो दा सहारा नहीं हुंदा जां कोई बंदा काफी लोड़वंद होवे, सानू ओह वी चीजां ध्यान च लियांदियां जाण, असीं ओहदे कोशिश करांगे वी असीं वध तों वध ओह सेवा साडे इस आ सके जी। ਤੁਸੀਂ ਦੇਖ ਸਕਦੇ ਹੋ ਕਿ ਵਿਦਿਆਰਥੀ ਜੀਵਨ ਦੀ ਗੱਲ ਕਰੀਏ ਤਾਂ ਅੱਜ ਕੱਲ ਫੀਸਾਂ ਬਹੁਤ ਜ਼ਿਆਦਾ ਨੇ, ਪਰ ਇਹਨਾਂ ਨੇ ਇੱਕ ਗੱਲ ਕਹੀ ਹੈ ਕਿ ਜ਼ਰੂਰਤਮੰਦ ਵਿਦਿਆਰਥੀ ਹੋਣਾ ਚਾਹੀਦਾ, ਉਸਦੇ ਮਾਪੇ ਦਾ ਜਿਹੜਾ ਸਿਰ ਤੇ ਸਾਇਆ ਨਾ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਕਿ ਉਹ ਫੀਸ ਨਹੀਂ ਭਰ ਸਕਦਾ, ਤਾਂ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਤੇ ਹਾਂਜੀ ਬਾਕੀ ਜੇ ਵੀ ਜਿਹਦੇ ਵਿੱਚ ਨਾ ਆਪਾਂ ਕੁਛ ਨਹੀਂ ਕਰ ਸਕਦੇ, ਅਸੀਂ ਤਾਂ ਤਣੋ ਮਨੋ ਵਾਲੇ ਹਾਂ, ਤਣੋ ਤਾਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਚੰਦ ਸਿੰਘ ਜੀ ਧਾਲੀਵਾਲ ਜੀ, ਵਿਕਰਾਜ ਪੈਲਸ ਵਾਲੇ ਅਤੇ ਉਹਨਾਂ ਦੇ ਇਹ ਮਤਲਬ ਵੀ ਪੋਤੇ ਬਲਰਾਜ ਸਿੰਘ ਧਾਲੀਵਾਲ ਤੇ ਵਿਕਰਮ ਸਿੰਘ ਧਾਲੀਵਾਲ ਤੇ ਸਮੂਹ ਧਾਲੀਵਾਲ ਪਰਿਵਾਰ, ਬਾਈ ਜੈਲਾ ਸਿੰਘ ਜੀ USA, ਮਤਲਬ ਸਾਰਾ NRI ਪਰਿਵਾਰ। ਇਹ ਚੀਜ਼ ਪਹਿਲੇ ਦਿਨੋਂ ਹੀ, ਜ਼ਰੂਰੀ ਨਹੀਂ ਹੈਗਾ ਵੀ ਅੱਜ ਤੋਂ ਆ, ਪਹਿਲੇ ਦਿਨੋਂ ਹੀ ਇਹ ਤਾਂ ਕਹਿੰਦੇ ਆ ਵੀ ਤੁਸੀਂ ਸੇਵਾ ਕਰੋ, ਜਗੀਜਾ ਸਾਡਾ ਵੀ ਹੱਥ ਤੁਹਾਡਾ ਵੀ ਪਰਮਾਤਮਾ ਉਹਨਾਂ ਦੇ ਅੰਦਰ ਜਾਦੇ ਦਿੰਦਾ, ਵਾਹਿਗੁਰੂ ਜੀ ਪਾਰ ਕਿਰਪਾ ਸੱਚੇ ਪਾਤਸ਼ਾਹ ਮਤਲਬ ਬਿਮਾਰੀਆਂ ਤੋਂ ਬਚਾਈ ਰੱਖੇ, ਸੇਵਾ ਕਰਵਾਈ ਰੱਖੇ। ਅਸੀਂ ਹਰੇਕ ਪੱਖੋਂ ਆਪਦੇ ਏਰੀਏ 'ਚ ਵੀ, ਏਰੀਏ ਤੋਂ ਬਾਹਰ ਵੀ ਜਿੱਥੇ ਸਾਨੂੰ ਕੋਈ ਪਤਾ ਲੱਗਦਾ, ਠੀਕ ਹੈ, ਮਤਲਬ ਵੀ ਕੋਸ਼ਿਸ਼ ਕਰਦੇ ਹੁੰਦੇ ਹਾਂ ਵੀ ਕਈ ਹੁਣ ਫੋਨ ਕਰਦੇ ਵੀਰੇ ਵੀ ਤੁਸੀਂ ਸੇਵਾ ਕਰਨ ਨੂੰ ਹਟ ਗਏ, ਸੇਵਾ ਕਰਨ ਨੂੰ ਨਹੀਂ ਹਟੇ, ਥੋੜ੍ਹਾ ਜਿਹਾ ਵੀਡੀਓ ਤੋਂ ਪਰਹੇਜ਼ ਕੀਤਾ ਵੀ ਅਸੀਂ ਉਹ ਚੀਜ਼ ਨੂੰ ਜ਼ਿਆਦਾ ਹਾਈਲਾਈਟ ਨਾ ਕੀਤਾ ਜਾਵੇ ਕਿਉਂਕਿ ਉਹਦੇ 'ਚ ਸਾਨੂੰ ਫੀਲ ਜਿਹਾ ਹੁੰਦਾ, ਠੀਕ ਹੈ। ਸੇਵਾ ਉਸੇ ਤਰ੍ਹਾਂ ਹੀ ਤਿਆਰ ਆ, ਉਸੇ ਤਰ੍ਹਾਂ ਸਾਰਾ ਕੁਛ ਚੱਲੀ ਜਾਂਦਾ ਹਸਪੀਟਲਾਂ ਦੇ ਵਿੱਚ ਜਾ ਕੇ, ਜਿੱਥੇ ਲੋੜਵੰਦ ਦੀ ਸੇਵਾ ਚੱਲਦੀ ਹੈ ਅਸੀਂ ਕਰੀ ਜਾਂਦੇ ਹਾਂ। ਜ਼ਰੂਰੀ ਨਹੀਂ ਹੁੰਦਾ ਵੀ ਥੋੜ੍ਹੀ ਸੇਵਾ ਕਰੋ ਅਤੇ ਵੀਡੀਓ ਬਣਾਓ ਅਤੇ ਫੋਟੋ ਖਿੱਚੋ, ਉਹ ਚੀਜ਼ ਹੋਰ ਲੱਗਦੀ ਹੈ। ਬਾਕੀ ਜਿੱਥੇ ਜ਼ਰੂਰਤ ਹੈ, ਜਿਵੇਂ ਤੁਹਾਡੇ ਵਰਗੇ ਭਰਾ ਜਦੋਂ ਆ ਕੇ ਕਹਿ ਦੇਣ ਉਦੋਂ ਇਹ ਚੀਜ਼ ਨੂੰ ਫਿਰ ਕਰਨਾ ਪੈਂਦਾ। ਅਤੇ ਬਾਕੀ ਇਹੀ ਹੈ ਵੀ ਦੁਬਾਰਾ ਫਿਰ ਅਸੀਂ ਸਾਰਿਆਂ ਨੂੰ ਇਹੀ ਕਹਿੰਦੇ ਹਾਂ ਵੀ ਵੱਧ ਤੋਂ ਵੱਧ ਵੀ ਇਹ ਚੀਜ਼ਾਂ ਚੰਗੇ ਪਾਸੇ ਆਪਾਂ ਲੱਗਿਆ ਜਾਵੇ, ਆਪਣੇ ਸਮਾਜ ਨੂੰ ਆਪਾਂ ਆਪੋ ਆਪਣੇ ਪਿੰਡ ਹੀ ਸਾਂਭ ਲਗੇ ਬਹੁਤ ਹੁੰਦੇ ਆ ਜੀ, ਕਿਉਂਕਿ ਮੈਂ ਤਾਂ ਹਰੇਕ ਨੂੰ ਇਹ ਕਹੂੰਗਾ ਵੀ ਆਪੋ ਆਪਣੇ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਧਿਆਨ 'ਚ ਲੱਤੀਆਂ ਜਾਣ ਵੀ ਕਿਸੇ ਦੀ ਫੀਸ ਭਰੋ ਜਾਂ ਕੁਛ ਵੀ ਲੋੜਵੰਦ ਦੀ ਮਦਦ ਕਰੋ, ਠੀਕ ਹੈ। ਬਾਕੀ ਹੋਣਾ ਤਾਂ ਉਹੀ ਹੈ ਜੋ ਪਰਮਾਤਮਾ ਨੂੰ ਭਾਉਂਦਾ, ਅਤੇ ਕੋਸ਼ਿਸ਼ ਇਹੀ ਹੈ ਵੀ ਵੱਧ ਤੋਂ ਵੱਧ ਵੀ ਸੇਵਾ ਕੀਤੀ ਜਾਵੇ, ਸੇਵਾ ਨਹੀਂ ਵੀ ਜਿਹੜਾ ਸਮਾਂ ਚੰਗੇ ਪਾਸੇ ਲੱਗ ਜੇ। ਅਤੇ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਸਭ ਨੂੰ, ਤੁਹਾਨੂੰ ਵੀ, ਤੁਸੀਂ ਇੱਥੇ ਆਏ ਟਾਈਮ 'ਚੋਂ ਟਾਈਮ ਕੱਢ ਕੇ, ਅਤੇ ਬਾਕੀ ਤੁਸੀਂ ਦੇਖ ਹੀ ਰਹੇ ਹੋ, ਰਹਿ ਹੀ ਰਹਿੰਦਾ, ਬਹੁਤ ਜ਼ਿਆਦਾ ਰਿਸਪੋਂਸ ਮਿਲਦਾ, ਲੰਗਰ ਛਕ ਰਹੀਆਂ ਸੰਗਤਾਂ ਜਿਹਨੂੰ ਲੋੜਵੰਦ ਨੂੰ ਕਿਸੇ ਕੰਬਲ ਦੀ ਜਾਂ ਕਿਸੇ ਚੀਜ਼ ਦੀ ਲੋੜ ਆ ਉਹ ਵੀ ਮੁਹੱਈਆ ਕੀਤੇ ਜਾਂਦੇ ਆ। ਅਤੇ ਬਸ ਇਸੇ ਤਰ੍ਹਾਂ ਇਹ ਸਾਰੇ ਬਰਕਰਾਰ ਰਹੂਗਾ ਸਾਰੀ ਦਿਹਾੜੀ, ਜ਼ਰੂਰੀ ਨਹੀਂ ਹੈਗਾ ਵੀ ਅੱਜ ਅਸੀਂ ਇਹ ਲੰਗਰ ਲਾਇਆ, ਐਨੀ ਟਾਈਮ ਜਦੋਂ ਮਰਜ਼ੀ ਸਾਡੇ ਨਾਲ ਲੋੜਵੰਦ ਕੋਈ ਵੀ ਬੰਦਾ ਸਾਡੇ ਕੋਲ ਇੱਥੇ ਆਵੇ ਅਤੇ ਮਤਲਬ ਪਰਮਾਤਮਾ ਸੇਵਾ ਕਰਾਵੇ, ਜ਼ਰੂਰ ਕਰਾਂਗੇ। ਧੰਨਵਾਦ ਜੀ। ਸੋ ਦਰਸ਼ਕੋ, ਉਹਨਾਂ ਦਾ ਕਹਿਣਾ ਕਿ ਇਹ ਜਿਹੜੀਆਂ ਸੇਵਾਵਾਂ ਨੇ ਲੰਮੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਨੇ, ਬਹੁਤ ਸਾਰੇ ਲੋਕ ਕਹਿੰਦੇ ਸੀ ਕਿ ਜਿਹੜਾ ਜਗਜੀਤ ਨੇ ਸੇਵਾਵਾਂ ਬੰਦ ਕਰਤੀਆਂ, ਉਹਨਾਂ ਦਾ ਕਹਿਣਾ ਕਿ ਬਹੁਤ ਸਾਰੀਆਂ ਚੀਜ਼ਾਂ ਹੈ ਆਨ ਦਾ ਸਪੋਰਟ ਹਾਂ, ਕੋਈ ਨਾ ਪਠਾਣੀਆਂ ਸੰਗਤਾਂ ਛੋਟੀ ਛੋਟੀ ਵੀਡੀਓ ਨੂੰ ਪਾ ਕੇ ਲੋਕਾਂ ਨੂੰ ਦੱਸਦਾ, ਉਹ ਕਹਿੰਦੇ ਇੱਥੇ ਜਿੱਥੇ ਨਹੀਂ ਪਹੁੰਚਦਾ ਕੋਈ ਉੱਥੇ ਇਸ ਕਰਕੇ ਉਹ ਜਿਹੜਾ ਲਾਈਵ ਇਹ ਚੀਜ਼ ਜ਼ਰੂਰੀ ਹੈ, ਨਿੱਕੇ ਨਿੱਕੇ ਬੱਚੇ ਆ ਮੇਰੇ ਨਾਲ, ਦੂਜੀ ਵੱਡੀ ਗੱਲ ਇਹ ਹੈ ਕਿ ਜਿੰਨਾ ਵੀ ਸਮੁੱਚਾ ਧਾਲੀਵਾਲ ਪਰਿਵਾਰ ਆ ਜਿਹੜਾ ਕੰਬਲ ਹੈ ਇਹਨਾਂ ਨੂੰ ਦਿਓ ਵੀ, ਜ਼ਰੂਰ ਵਰਤੋਂ ਕਰੋ, ਵਰਤੋਂ ਸਾਰੇ ਹੀ ਜਿਹੜੇ ਸਮਾਜ ਦੇ ਲਈ ਲੋ ਇਹ ਨਹੀਂ ਕਰ ਲੈ ਕੇ ਰਹਿੰਦੇ ਨੇ। ਸੋ ਹੋਰ ਅਪਡੇਟ ਦੇ ਲਈ ਬਣੇ ਰਹੋ JVS ਟਾਈਮ ਦੇ ਨਾਲ, ਹਾਂ ਹਾਂ ਸਾਡੇ ਖੁਸ਼ੀਆਂ ਭਰਿਆ ਹੋਵੇ ਇਧਰੋਂ ਆ ਵਿਆਰ।